ਪੰਜਾਬੀ ਖਬਰਾਂ ਦੇ ਵਿੱਚ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਵਟਸਐਪ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਤੇ ਹੋ ਰਹੇ ਵਿਵਾਦ ਵਿੱਚ ਸੁਪਰੀਮ ਕੋਰਟ ਨੇ ਅੱਜ ਫੇਸਬੁੱਕ ਤੇ ਵਟਸਐਪ ਨੂੰ ਫਟਕਾਰ ਲਾਈ ਹੈ। ਸੁਪਰੀਮ ਕੋਰਟ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ ਯੂਰਪ ਤੇ ਭਾਰਤ 'ਚ ਵੱਖ ਵੱਖ ਪੈਮਾਨਿਆਂ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕਰ ਰਹੀ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਵਟਸਐਪ ਫੇਸਬੁੱਕ ਨੂੰ ਇਹ ਲਿਖਤੀ ਦੇਣ ਲਈ ਕਿਹਾ ਕਿ ਲੋਕਾਂ ਦੇ ਮੈਸੇਜ ਪੜ੍ਹੇ ਨਹੀਂ ਜਾਂਦੇ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 4 ਹਫ਼ਤਿਆਂ ਤੋਂ ਬਾਅਦ ਹੋਵੇਗੀ। ਕੋਰਟ ਨੇ ਫੇਸਬੁੱਕ ਤੇ ਵਟਸਐਪ ਨੂੰ ਕਿਹਾ ਕਿ ਤੁਸੀਂ 2 ਜਾਂ 3 ਟ੍ਰਿਲੀਅਨ ਦੀ ਕੰਪਨੀ ਹੋਵੋਗੇ, ਪਰ ਲੋਕ ਆਪਣੀ ਨਿੱਜਤਾ ਦੀ ਕੀਮਤ ਇਸ ਤੋਂ ਜ਼ਿਆਦਾ ਮੰਨਦੇ ਨੇ, ਉਹਨਾਂ ਦਾ ਹੱਕ ਵੀ ਹੈ। ਪਟੀਸ਼ਨ ਵਿੱਚ ਦੱਸਿਆ ਗਿਆ ਕਿ ਯੂਰਪ ਤੇ ਭਾਰਤ ਲਈ ਵੱਖਰੇ ਪੈਮਾਨੇ ਅਪਣਾਏ ਜਾ ਰਹੇ ਨੇ। ਭਾਰਤ 'ਚ ਡਾਟਾ ਪ੍ਰੋਟੈਕਸ਼ਨ ਕਾਨੂੰਨ ਬਣਾਉਣ ਵਾਲਾ ਹੈ ਤੇ ਇਹ ਉਸ ਦਾ ਇੰਤਜ਼ਾਰ ਬਿਨਾਂ ਕੀਤੇ ਪਹਿਲਾਂ ਵਟਸਐਪ ਨਵੀਂ ਪਾਲਿਸੀ ਲੈ ਕੇ ਆਇਆ। ਇਹ ਮਾਮਲਾ ਵਟਸਐਪ ਦੀ ਉਸ ਪ੍ਰਾਈਵੇਸੀ ਪਾਲਿਸੀ ਨਾਲ ਜੁੜਿਆ ਹੈ ਜੋ 2016 ਵਿੱਚ ਆਈ ਸੀ। ਇਸ ਨੂੰ ਲੈ ਕੇ ਮਾਮਲਾ ਕੋਰਟ ਤੱਕ ਪਹੁੰਚਿਆ ਸੀ। ਮਾਮਲੇ ਦੀ ਸੁਣਵਾਈ ਕਰਦਿਆਂ ਕੋਰਟ ਨੇ ਸਰਕਾਰ ਤੋਂ ਪੁੱਛਿਆ ਕਿ ਨਾਗਰਿਕਾਂ ਦੇ ਨਿੱਜੀ ਡਾਟੇ ਨੂੰ ਸੁਰੱਖਿਆ ਰੱਖਣ ਤੇ ਉਸ ਦੇ ਗਲਤ ਇਸਤੇਮਾਲ ਨੂੰ ਰੋਕਣ ਲਈ ਉਹ ਕੋਈ ਕਾਨੂੰਨ ਬਣਾਵੇਗੀ। ਸਰਕਾਰ ਨੂੰ ਇਸ ਪਹਿਲੂ ਤੇ ਜਵਾਬ ਦੇਣਾ। ਪੰਜਾਬੀ ਖਬਰਾਂ ਦੇ ਵਿੱਚ ਵੱਡੀ ਖਬਰਾਂ ਦੇਖਣੀਆਂ, ਸੁਣਨੀਆਂ, ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ਵਾਲਾ.com ਦੇ ਨਾਲ।